ਉਸ ਨੌਜਵਾਨ ਦੇ ਵੱਲੋਂ ਇੱਕ ਲੀਡਰ ਨੂੰ ਹੀ ਆਪਣਾ ਸਭ ਕੁਝ ਮੰਨ ਲਿਆ। ਇੰਨਾ ਕਟਰ ਫੈਨ ਹੋ ਗਿਆ ਕਿ ਉਸਨੇ ਆਪਣੀ ਬਾਹਂ ਦੇ ਉੱਪਰ ਟੈਟੂ ਬਣਾ ਲਿਆ। ਕਿ ਇੱਕ ਹੱਥ ਦੇ ਆਪਣੇ ਮਾਤਾ ਪਿਤਾ ਦਾ ਨਾਮ ਹੈਗਾ ਸਰਦਾਰ ਦਵਿੰਦਰ ਸਿੰਘ, ਹਰਸ਼ ਰਣਜੀਤ ਕੌਰ ਤੇ ਦੂਜੇ ਪਾਸੇ ਆਈਕਨ ਸਰਦਾਰ ਤਲਬੀਤ ਸਿੰਘ ਜੋ ਜੋਸ਼ੋਵਾਲੀ ਦਲ ਦੇ ਸੀਨੀਅਰ ਹੈ। ਮੈਂ ਉਹਨਾਂ ਨੂੰ ਜੀ ਸਭ ਕੁਝ ਮੰਨਦਾ ਮੇਰੇ ਪਿਓ ਵੀ ਹੈ ਮਾਂ ਵੀ ਹੈ ਤੇ ਮੇਰੇ ਵੱਡੇ ਭਰਾ ਵੀ ਹੈ। ਫੜੀ ਹੈ ਤੇ ਮੈਨੂੰ ਉਹਨਾਂ ਨੇ ਕਦੀ ਫਰਕ ਨਹੀਂ ਸਮਝਿਆ ਮੇਰੇ 'ਚ ਤੇ ਆਪਨੇ ਬੇਟੇ ਅੰਮ੍ਰਿਤਸਰ ਗੁਰੂ ਨਗਰੀ ਦੀ ਵਿੱਚ ਇੱਕ ਐਸੇ ਨੌਜਵਾਨਾ ਮਿਲਾਨ ਜਾ ਰਹੇ ਆ ਕਿ ਮਾਤਾ ਪਿਤਾ ਦੇ ਗੁਜ਼ਰਨ ਤੋਂ ਬਾਅਦ ਉਸ ਨੌਜਵਾਨ ਦੇ ਵੱਲੋਂ ਇੱਕ ਲੀਡਰ ਨੂੰ ਹੀ ਆਪਣਾ ਸਭ ਕੁਝ ਮੰਨ ਲਿਆ ਇੰਨਾ ਕੱਟਰ ਫੈਨ ਹੋ ਗਿਆ ਕਿ ਉਸਨੇ ਆਪਣੀ ਬਾਹਂ ਦੇ ਉੱਪਰ ਟੈਟੂ ਬਣਾ ਦਿਆ ਗੱਲ ਕਰ ਰਹੇ ਆ ਤਨਵੀਰ ਦੀ ਗੱਲ ਕਰ ਸਕਦੇ ਆ ਆ ਦੇਖੋ ਤਾਂ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਣਾ ਜਾਊਗਾ ਕਿ ਇੱਕ ਹੱਥ ਦੇ ਆਪਣੇ ਮਾਤਾ ਪਿਤਾ ਦਾ ਨਾਮ ਹੈਗਾ ਸਰਦਾਰ ਦਵਿੰਦਰ ਸਿੰਘ ਹਰਸ਼ ਰਣਜੀਤ ਕੌਰ ਤੇ ਦੂਜੇ ਪਾਸੇ ਆਈਕਨ ਸਰਦਾਰ ਤਲਬੀਰ ਸਿੰਘ ਜੋ ਜੋਸ਼ੋਬਨੀ ਕਾਲੀ ਦਲ ਦੇ ਸੀਨੀਅਰ ਲੀਡਰ ਹੈਗੇ ਨੇ ਜੋ ਅਜੂਤ ਆਵਾਜ਼ ਹੈਗੇ ਨੇ ਲੋਕਾਂ ਦੇ ਨਾਲ ਖੜਦੇ ਨੇ ਲੋਕਾਂ ਦਾ ਦਰਦ ਸਮਝਦੇ ਨੇ ਇਸ ਨੌਜਵਾਨ ਦੇ ਵੱਲੋਂ ਸਭ ਕੁਝ ਉਹਨਾਂ ਨੂੰ ਮੰਨ ਲਿਆ ਮਾਤਾ ਪਿਤਾ ਗੁਜਰਨ ਤੋਂ ਬਾਅਦ ਗੱਲਬਾਤ ਵੀ ਕਰਾਂਗੇ ਕਿ ਜੇਨ ਦੇ ਵਿੱਚ ਕਿੱਦਾਂ ਆਇਆ ਕਹਿੰਦੇ ਨੇ ਕਿ ਰਿਸ਼ਤੇਦਾਰ ਮੁੱਖ ਮੋੜ ਜਾਂਦੇ ਨੇ ਜਦੋਂ ਮੁਸੀਬਤ ਪੈਂਦੀ ਆ ਫੋਨ ਚੁੱਕਣਾ ਬੰਦ ਕਰ ਦਿੰਦੇ ਨੇ ਪਰ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਮੇਰੇ ਤੇ ਮੁਸੀਬਤ ਬਣੀ ਤੇ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਤੇ ਸਰਦਾਰ ਤਲਬੀ ਸਿੰਘ ਗਿੱਲ ਨੇ ਮੇਰੀ ਬਾਹ ਫੜੀ ਤੇ ਉਦੋਂ ਤੋਂ ਮੇਰੇ ਆਈਕਨ ਨੇ ਸਭ ਕੁਝ ਨੇ ਮਾਤਾ ਪਿਤਾ ਨੇ ਵੱਡੇ ਭਰਾਵਾਂ ਵਾਂਗੂ ਤੇ ਮੈਨੂੰ ਛੋਟਿਆਂ ਵਾਂਗੂ ਜਿਹੜੇ ਰੱਖਦੇ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਇਸ ਸਟੈਟੂ ਦੀ ਜਿਹੜੀ ਇਹ ਸਟਾਰਟਿੰਗ ਉਹ ਕਿਦਾਂ ਹੋਈ ਦੇਖੋ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਟਾਰਟਿੰਗ ਦੀ ਇਸ ਤਰ੍ਹਾਂ ਹੋਈ ਕਿ ਜਦੋਂ ਮੈਂ ਸਕੂਲ ਜਾਂਦਾ ਹੁੰਦਾ ਸੀ ਛੋਟੇ ਹੁੰਦਿਆਂ ਤੋਂ ਤੇ ਉਦੋਂ ਮੈਂ ਭਾਜੀ ਨੂੰ ਦੇਖਦਾ ਹੁੰਦਾ ਸੀ ਟੀਵੀ 'ਚ ਇਹਨਾਂ ਦੀ ਸਪੀਚਾਂ ਸੁਣਦਾ ਹੁੰਦਾ ਸੀ ਉਦੋਂ ਤੋਂ ਮੇਰੇ ਮਨ 'ਚ ਹੈਗਾ ਸੀ ਕਿ ਯਾਰ ਇੱਕ ਦਿਨ ਮੈਂ ਇਸ ਬੰਦੇ ਨੂੰ ਜ਼ਰੂਰ ਮਿਲਣਾ ਹੈ ਅੱਜ ਮੈਨੂੰ ਭਾਈ ਨੂੰ ਮਿਲਿਆ 8 ਸਾਲ ਹੋ ਗਏ ਐ ਤੇ ਮੈਂ ਬਹੁਤ ਵੱਡਾ ਭਾਈ ਦਾ ਫੈਨ ਹੈਗਾ ਸੀ ਤੇ ਹੁਣ ਤੇ ਤਕਰੀਬਨ ਭਾਈ ਨਾਲ ਮੈਂ ਜਾਂਦਾ ਵਾਂ ਹਰ ਜਗ੍ਹਾ ਜਾਂਦਾ ਲੋਕਾਂ 'ਚ ਵਿਚਰਦਾ ਵਾਂ ਮੈਂ ਦੇਖਦਾ ਵਾਂ ਭਾਈ ਨੂੰ ਬਹੁਤ ਹੁਮ-ਹੁਮਾ ਕੇ ਲੋਕਾਂ ਦਾ ਪਿਆਰ ਮਿਲਦਾ ਹੈ ਭਾਈ ਕਿਸੇ 'ਚ ਕੋਈ ਫਰਕ ਨਹੀਂ ਸਮਝਦੇ ਭਾਈ ਕਹਿੰਦੇ ਕਿ ਸਾਰੇ ਮੇਰੇ ਪਰਿਵਾਰ ਵਾਂਗੂ ਗਏ ਐ ਭਾਈ ਕਹਿੰਦੇ ਕਿ ਮੇਰੇ ਪਰਿਵਾਰ ਹੀ ਗਾ ਜਿੱਤੇ ਅੱਧੀ ਰਾਤ ਵੀ ਕੋਈ ਫੋਨ ਕਰਦੇ ਤੇ ਭਾਜੀ ਉਹਦੇ ਉਸੇ ਵੇਲੇ ਉਹਨਾਂ ਦੇ ਸੁਖ ਦੁੱਖ ਚ ਸ਼ਾਮਲ ਹੋ ਜਾਂਦੇ ਪਰ ਇੱਕ ਚੀਜ਼ ਇਹ ਵੀ ਹੈ ਕਿ ਕਿਤੇ ਮਾਤਾ ਪਿਤਾ ਤੋਂ ਬਾਅਦ ਕਿਸੇ ਨੇ ਤੁਹਾਡੀ ਬਾਹ ਨਹੀਂ ਪੜੀ ਸਦਾਤ ਅਲਵੀ ਸਿੰਘ ਗੱਲੇ ਬਾਹ ਫੜੀ ਰਹੇ ਹਾਂਜੀ ਬਿਲਕੁਲ ਭਾਜੀ ਮੇਰੇ ਮੈਨੂੰ ਆਪਣੇ ਛੋਟੇ ਭਰਾ ਵਾਂਗੂ ਬੰਦੇ ਹੈ ਮੈਨੂੰ ਆਪਣਾ ਬੱਚਾ ਬੰਦੇ ਹੈ ਤੇ ਮੈਂ ਉਹਨਾਂ ਨੂੰ ਜੀ ਸਭ ਕੁਝ ਮੰਨਦਾ ਮੇਰੇ ਪਿਓ ਵੀ ਮਾਂ ਵੀ ਹੈ ਤੇ ਮੇਰੇ ਵੱਡੇ ਭਰਾ ਵੀ ਹੈ ਯੂਥ ਲੀਗ ਆਈਕਨ ਹੈਗੇ ਹੈ ਤੇ ਬਾਕੀ ਰਹੀ ਗੱਲ ਮੈਂ ਜੋ ਅੱਜਕੱਲ ਜੇ ਵੇਖਿਆ ਜਾਵੇ ਤਨਵੀਜੀ ਮਾਡਲ ਜਮਾਨਾ ਚੱਲ ਰਿਹਾ ਲੋਕ ਕਲਾਕਾਰਾਂ ਦੀ ਫੋਟੋ ਬਣਾਉਂਦੇ ਨੇ ਹਾਲੀਵੁੱਡ ਐਕਟਰਾਂ ਦੀ ਬਣਾਉਂਦੇ ਨੇ ਤੁਸੀਂ ਸਦਾ ਤਨਵੀਰ ਸਿੰਘ ਜੀ ਦੀ ਫੋਟੋ ਬਣਾ ਲਈ ਜੀ ਭਾਜੀ ਦੇਖੋ ਮੇਰੇ ਵੱਡੇ ਭਰਾ ਆ ਗਏ ਮੇਰੇ ਅਸਲੀ ਰੋ ਕਹਿ ਸਕਦੇ ਅਸਲੀ ਰੋ ਮੈਂ ਕਹਿੰਦਾ ਕਿ ਮੇਰੇ ਦਿਲ ਚੋਂ ਨਾਸਤੇ ਇੰਨੀ ਜਿੱਦਾ ਮੈਂ ਵਿਆਹ ਹੀ ਨਹੀਂ ਕਰ ਸਕਦਾ ਕਿੰਨੀ ਇੱਜ਼ਤ ਹੈ ਵਿਆਹ ਕਰਨੀ ਮੁਸ਼ਕਲ ਲੱਗੀ ਹੈ ਤੇ ਬਹੁਤ ਇੱਜ਼ਤ ਕਰਦਾ ਮੈਂ ਭਾਈ ਦੀ ਭਾਜੀ ਨੇ ਮੇਰੀ ਬਾਹ ਫੜੀ ਐ ਤੇ ਮੈਨੂੰ ਉਹਨਾਂ ਨੇ ਕਦੀ ਫਰਕ ਨਹੀਂ ਸਮਝਿਆ ਮੇਰ ਚ ਤੇ ਆਪਣੇ ਬੇਟੇ ਚ ਹਾਂ ਪਰ ਇਹ ਕਹਿੰਦੇ ਕਿ ਜਦੋਂ ਮਾਤਾ ਪਿਤਾ ਦੀ ਡੈਥ ਹੋਈ ਆ ਰਿਸ਼ਤੇਦਾਰਾਂ ਨੇ ਵੀ ਬਾਹ ਚ ਫੋਨ ਚੁਕਨੇ ਟਾੜੇ ਬੰਦ ਕਰਤੇ ਸੀ ਦੇਖੋ ਜੀ ਰਿਸ਼ਤੇਦਾਰ ਤੁਹਾਨੂੰ ਪਤਾ ਹੀ ਐ ਫਿਰ ਰਿਸ਼ਤੇਦਾਰਾਂ ਦਾ ਮੈਂ ਹੁਣ ਕੀ ਤੁਹਾਨੂੰ ਦੱਸ ਸਕਦਾ ਤੁਸੀਂ ਬਿਹਤਰ ਜਾਣਦੇ ਹੋ ਕਈ ਹਫ਼ਤਾ ਬਣੀ ਐ ਹਾਂ ਬਾਕੀ ਮੇਰਾ ਕਦੀ ਔਖੇ ਵੇਲੇ ਭਾਜੀ ਨੇ ਕਦੀ ਮੈਨੂੰ ਉਹ ਨਹੀਂ ਕੀਤਾ ਕਿ ਭਾਈ ਨੇ ਜਿਵੇਂ ਭਾਈ ਨੂੰ ਰਾਤੀ 2 ਵਜੇ ਫੋਨ ਕਰਾਂ 2 ਵਜੇ ਚੁੱਕਣਗੇ ਸਵੇਰੇ ਕਰਾਂ ਅੱਧੀ ਰਾਤ ਪਛਦੀ ਜਦੋਂ ਮਰਜ਼ੀ ਕਰਾਂ ਭਾਈ ਨੇ ਮੇਰਾ ਕਦੀ ਮੁੱਖ ਨਹੀਂ ਮੋੜਿਆ ਭਾਈ ਨੇ ਹਮੇਸ਼ਾ ਮੇਰਾ ਫੋਨ ਚੁੱਕਿਆ ਮੈਂ ਹੁਣ ਉਹਨਾਂ ਦੇ ਨਾਲ ਰਹਿੰਦਾ ਹਾਂ ਬਿਲਕੁਲ ਲੋਕਾਂ ਜਾਂਦਾ ਵਿਚਰਦਾ ਮੈਂ ਦੇਖਦਾ ਇੰਨਾ ਪਿਆਰ ਲੋਕੀ ਦਿੰਦੇ ਐ ਤੇ ਮੈਂ ਜੋ ਸੋਚਿਆ ਕਿ ਯਾਰ ਲੋਕਾਂ ਲਈ ਜਿਹੜਾ ਬੰਦਾ ਇੰਨਾ ਕੁਝ ਕਰ ਸਕਦਾ ਤੇ ਮੈਂ ਉਹਦੇ ਲਈ ਇੰਨਾ ਨਹੀਂ ਕਰ ਸਕਦਾ ਉਹ ਮੇਰੇ ਲਈ ਇੰਨਾ ਕੁਝ ਕਰ ਸਕਦਾ ਲੋਕਾਂ ਸੇਓ ਲੀਡਰ ਹੈਗਾ ਮੇਰੇ ਹੱਥੇ ਮੇਰਾ ਵੱਡਾ ਭਰਾ ਮੇਰਾ ਪਿਓ ਹੈਗਾ ਵੱਡਾ ਭਰਾ ਹੈਗਾ ਬਿਲਕੁਲ ਇਹ ਸਜਨੀ ਕੀ ਨਾਮ ਹੈ ਸਰ ਸਿਮਰਨਜੀਤ ਸਿੰਘ ਕੀ ਕਹਿਣਾ ਚੌਕਟਾ ਦੇ ਸਜਨੀ ਟੈਟੂ ਬਣਾਇਆ ਜੀ ਕਾਫੀ ਲੰਬੇ ਸਮੇਂ ਤੋਂ ਅਸੀਂ ਦੋਵੇਂ ਇਕੱਠੇ ਆ ਹਾਂ ਤੇ ਟੈਟੂ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਇੱਕ ਦਿਨੇ ਬਣਾ ਰਿਹਾ ਸੀ ਟੈਟੂ ਸਾਰਾ ਦਿਨ ਇਹਨੇ ਟੈਟੂ ਤੇ ਲਾਇਆ ਤੇ ਜਦੋਂ ਭਾਈ ਨੇ ਦੇਖਿਆ ਤੇ ਬਹੁਤ ਜ਼ਿਆਦਾ ਖੁਸ਼ ਹੋਇਆ ਟੈਟੂ ਦੇਖ ਕੇ ਕਹਿੰਦੇ ਦੱਸਿਆ ਨਹੀਂ ਕਿਸੇ ਨੂੰ ਪਹਿਲਾਂ ਨਹੀਂ ਉਸਨੇ ਕਿਸੇ ਨੂੰ ਦੱਸਿਆ ਬਹੁਤ ਵਧੀਆ ਲੱਗਾ ਕਿਤਾ ਜੀ ਇਹ ਸਰਪ੍ਰਾਈਜ਼ ਦਿੱਤਾ ਸੀ ਭਾਈ ਨੂੰ ਹਾਂ ਜੀ ਬਿਲਕੁਲ ਜੀ ਸਰਪ੍ਰਾਈਜ਼ ਦਿੱਤਾ ਤੇ ਭਾਈ ਦੇ ਫਿਰ ਭਾਈ ਨੇ ਕੁਝ ਕਿਹਾ ਨਹੀਂ ਨਹੀਂ ਭਾਜੀ ਭਾਵਕ ਹੋ ਗਏ ਭਾਜੀ ਹੁੰਦਾ ਹੀ ਹੈ ਦਰਸਲ ਬਾਕੀ ਭਾਈ ਨਾਲੋਂ ਵੱਧ ਕੇ ਐਸ ਵੇਲੇ ਮੇਰੇ ਲਈ ਕੋਈ ਨਹੀਂਗਾ ਉਹ ਕਹਿੰਦੇ ਕਿ ਜਿਹਦੀ ਦਿਲ 'ਚ ਜਗ੍ਹਾ ਆ ਉਹ ਸਭ ਕੋ ਜਗ੍ਹਾ ਹੈਗੀ ਦਿਲ 'ਚ ਜਗ੍ਹਾ ਹੈਗੀ ਆ ਉਹ ਮੈਂ ਕਹਿੰਦਾ ਜਗ੍ਹਾ ਜੀ ਇੰਨੀ ਜਗ੍ਹਾ ਹੈਗੀ ਕਿ ਕੋਈ ਚਾਹ ਕੇ ਵੀ ਨਹੀਂ ਜਗ੍ਹਾ ਲੈ ਸਕਦਾ ਹਾਂ ਬਿਲਕੁਲ ਆ ਬਿਲਕੁਲ ਜੀ ਇੱਕ ਵਾਰੀ ਕੈਮਰਾ ਪਰਸਨ ਕਹੂੰਗਾ ਤਸਵੀਰਾਂ ਦਿਖਾਈਏ ਜੀ ਆਣ ਸ਼ੋਮਨੀ ਕਾਲੀ ਦੇ ਲੀਡਰ ਹੈ ਸਲਦਾਰ ਤਲਬੀਤ ਸਿੰਘ ਗਿੱਲ ਕਿ ਲੋਕਾਂ ਦੇ ਵਿੱਚ ਵਿਚਰਦੇ ਨੇ ਲੋਕਾਂ ਦਾ ਦੁੱਖ ਸੁੱਖ ਦੇ ਵਿੱਚ ਹਰ ਜਗ੍ਹਾ ਪਹੁੰਚਦੇ ਨੇ ਪਰ ਇਸ ਨੌਜਵਾਨ ਦੇ ਵੱਲੋਂ ਇਹਨਾਂ ਨੌਜਵਾਨ ਭਾਵਕ ਹੋ ਗਿਆ ਕਿ ਇਸ ਨੌਜਵਾਨ ਦੇ ਵੱਲੋਂ ਆਪਣੀ ਬਾਹਂ ਦੇ ਉੱਪਰ ਟੈਟੂ ਬਣਾ ਲਿਆਗਾ ਪਰ ਮਾਤਾ ਪਿਤਾ ਦੇ ਗੁਜ਼ਰ ਤੋਂ ਬਾਅਦ ਇਸ ਨੌਜਵਾਨ ਦੀ ਜੇ ਬਾਹ ਫਾੜੀ ਤੇ ਸਦਾ ਤਲਬੀਤ ਸਿੰਘ ਗਿੱਲ ਨੇ ਫਾੜੀ ਇਹ ਨੌਜਵਾਨ ਦੇ ਵੱਲੋਂ ਦੱਸਿਆ ਕਿ ਰਿਸ਼ਤੇਦਾਰ ਜਦੋਂ ਮੇਤੇ ਓਖਾ ਟਾਈਮ ਸੀ ਤੇ ਰਿਸ਼ਤੇਦਾਰਾਂ ਨੇ ਮੇਰੇ ਫੋਨ ਚੁੱਕਨੇ ਜਿਹੜੇ ਕਿ ਬੰਦ ਕਰਤੇ ਤੇ ਸਦਾਤ ﺍﻟबी सिंह ਨੂੰ ਰਾਤੀ ਮੈਂ 12 ਵਜੇ ਫੋਨ ਕੀਤਾ ਤੇ ਉਹਨਾਂ ਨੇ ਉਸੇ ਵੇਲੇ ਮੇਰਾ ਫੋਨ ਚੁੱਕ ਕੇ ਮੇਰਾ ਹਾਲ ਜਾਣਿਆ ਇਹ ਗੱਲ ਸਹੀ ਹੈ ਜੀ ਬਿਲਕੁਲ ਜੀ ਬਿਲਕੁਲ ਸੱਚ ਹੈ ਰਿਸ਼ਤੇਦਾਰਾਂ ਨੂੰ ਮੈਂ ਇੱਥੇ ਆਪਣੇ ਜਿਹੜੇ ਮੇਰਾ ਦਾਦਕਾ ਪਰਿਵਾਰ ਹੈ ਉਹਨਾਂ ਨੂੰ ਮੈਂ ਫੋਨ ਕੀਤਾ ਪਰ ਉਹਨਾਂ ਲੋਕ ਕੋਈ ਜ਼ਿਆਦਾ ਮਤਲਬ ਫੋਨ ਨਹੀਂ ਚੁੱਕਿਆ ਗਿਆ ਮੇਰਾ ਪਰ ਭਾਜੀ ਨੂੰ ਮੈਂ ਇੱਕ ਵਾਰੀ ਫੋਨ ਕੀਤਾ ਉਸੇ ਵੇਲੇ ਭਾਜੀ ਮੇਰੇ ਕੋ ਪਹੁੰਚੇ ਮੇਰੇ ਨਾਲ ਸੰਪਰਕ ਕੀਤਾ ਮਨ ਹੌਸਲਾ ਦਿੱਤਾ ਵਿਸ਼ਵਾਸ ਤੋਂ ਆਇਆ ਕਿ ਤੈਨੂੰ ਖਬਰਾਂ ਦੀ ਕੋਈ ਲੋੜ ਨਹੀਂ ਗਈ ਮੈਂ ਤੇਰੇ ਨਾਲ ਖੜਾ ਹਾਂ ਉਹ ਕਹਿੰਦੇ ਕਿ ਜਿਆਦਾ ਟਾਈਮ ਤੁਸੀਂ ਇੱਥੇ ਬਤੀਤ ਕਰਦੇ ਹੋ ਭਾਜੀ ਕੋਠੀ ਹਾਂਜੀ ਮੈਂ ਭਾਈ ਦੇ ਨਾਲ ਹੀ ਜੀ ਬਸ ਹੁਣ ਸਮਝ ਲੋਗੇ ਸਾਡਾ ਸਾਵਾ ਤੇ ਭਾਈ ਦਾ ਹੀ ਨਾਂ ਲਿਖਿਆ ਆ ਹੁਣ ਬਸ ਲੀਡਰ ਤਿਆਰ ਹੋ ਰਹੇ ਤੁਸੀਂ ਫਿਰ ਨਹੀਂ ਜੀ ਲੀਡਰ ਨਹੀਂ ਮਾਸੀ ਤੇ ਕਹਿੰਦੇ ਆ ਕਿ ਭਾਈ ਨੂੰ ਰੱਬ ਇੰਨੀ ਚੜ੍ਹਦੀ ਕਲਾ ਬਖਸ਼ੇ ਅਸੀਂ ਜੇ ਭਾਜੀ ਸਾਡੇ ਲਈ ਜੋ ਵੀ ਹੈਗੇ ਭਾਜੀ ਹੈ ਭਾਜੀ ਲੀਡਰ ਨੇ ਅਸੀਂ ਲੀਡਰ ਹਾਂ ਹਾਂ ਉਹ ਬਿਲਕੁਲ ਜੀ ਇਹ ਚੀਜ਼ ਜ਼ਰੂਰੀ ਇਹਨਾਂ ਦੇ ਮਤਲਬ ਕਹੀ ਕਿ ਜੇ ਭਾਜੀ ਲੀਡਰ ਤੇ ਅਸੀਂ ਲੀਡਰ ਹੈਗੇ ਨੇ ਪਰ ਇਹ ਸਵਾਲ ਹੈ ਕਿ ਨੌਜਵਾਨ ਭਬਕ ਹੋ ਕੇ ਟੈਟੂ ਬਣਾਇਆ ਨੌਜਵਾਨ ਦੇ ਵੱਲੋਂ ਕੀ ਮਾਤਾ ਪਿਤਾ ਦੇ ਗੁਜ਼ਰ ਤੋਂ ਬਾਅਦ ਸਦਾਤ ﺍﻟबीत सिंह ਨੇ ਉਹਨਾਂ ਦੀ ਬਾਹ ਫੜੀ ਤੇ 24 ਘੰਟੇ ਹੁਣ ਸਦਾਤ ﺍﻟबीत सिंह ਦੇ ਨਾਲ ਇਹ ਰਹਿੰਦੇ ਨੇ ਕਿਸੇ ਟਾਈਮ 'ਚ ਟੀਵੀ ਤੇ ਜਾਂ ਉਹਨਾਂ ਦੀ ਸਪੀਚਾਂ ਸੁਣਦੇ ਸਨ ਤੇ ਹੁਣ ਉਹਨਾਂ ਦੇ ਨਾਲ ਹੀ 24 ਘੰਟੇ ਰਹਿ ਰਹੇ ਨੇ ਪਰ ਕਹਿ ਸਕਦੇ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਇਹਨਾਂ ਦੀ ਕਾਫੀ ਵਾਇਰਲ ਹੋ ਰਹੀ ਆ ਜਿਹੜਾ ਕਿ ਇਹਨਾਂ ਨੇ ਉੱਪਰ ਬਾਹ ਦੇ ਉੱਪਰ ਟੈਟੂ ਬਣਾਇਆ ਹੋਇਆ ਕੈਮਰਾਮੈਨ ਮਨੋਹ ਦੇ ਨਾਮ ਮਜਿੰਦਰ ਸਿੰਘ ਲਿਵਿੰਗ ਇੰਡੀਅਨ ਨਿਊਜ਼ ਅਮ੍ਰਿਤਸਰ